ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਰੋਮੀ ਭਵਾਨੀਗੜ੍ਹ ਟੀਮ ਮਾਲਵਾ ਵੱਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਜੋ ਚੋਣ ਨਤੀਜੇ ਆਏ ਨੇ ਉਹਦੀ ਸਵੇਰ ਤੋਂ ਹੀ ਟੀਮ ਮਾਲਵਾ ਵੱਲੋਂ ਪਲ ਪਲ ਦੀ ਜਾਣਕਾਰੀ ਆਪ ਜੀ ਤੱਕ ਪੁੱਜਦੀ ਕੀਤੀ ਗਈ। ਸੋ ਹੁਣ ਸਾਰੇ ਰਿਜ਼ਲਟ ਨੇ ਜੋ ਉਹ ਆ ਚੁੱਕੇ ਨੇ, ਉਹਨਾਂ ਦੀ ਜਾਣਕਾਰੀ ਦੇਣਗੇ ਤੁਹਾਨੂੰ ਟੀਮ ਮਾਲਵਾ ਤੋਂ ਸਰਦਾਰ ਅਮਨਦੀਪ ਸਿੰਘ ਮਾਜਰ। ਸੋ ਸਾਰੇ ਨਤੀਜੇ ਆ ਚੁੱਕੇ ਹਨ। ਬਲਾਕ ਭਵਾਨੀਗੜ੍ਹ ਦੇ ਜ਼ਿਲ੍ਹਾ ਪ੍ਰੀਸ਼ਦ ਦੋ ਜ਼ੋਨਾਂ ਵਿੱਚੋਂ ਇੱਕ ਜ਼ੋਨ ਦੇ ਵਿੱਚ ਸੋਮਾ ਸਿੰਘ ਘਰਾਚੋ ਸ਼੍ਰੋਮਣੀ ਅਕਾਲੀ ਦਲ ਦੇ ਆਪਣੀ ਜਿੱਤ ਦਰਜ ਕਰ ਚੁੱਕੇ ਹਨ ਅਤੇ ਦੂਜੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨਾਨਕ ਚੰਦ ਨਾਇਕ ਕਾਂਗਰਸ ਪਾਰਟੀ ਦੇ ਉਮੀਦਵਾਰ ਆਪਣੀ ਜਿੱਤ ਦਰਜ ਕਰ ਚੁੱਕੇ ਹਨ। ਆਪਾਂ ਬਲਾਕ ਸੰਮਤੀ ਦੀ ਗੱਲ ਕਰੀਏ, ਬਲਾਕ ਸੰਮਤੀ ਉਮੀਦਵਾਰਾਂ ਦੇ ਵਿੱਚੋਂ 10 ਸੀਟਾਂ ਕਾਂਗਰਸ ਦੇ ਹੱਕ 'ਚ ਗਈਆਂ, ਇੱਕ ਸੀਟ ਆਮ ਆਦਮੀ ਪਾਰਟੀ ਦੇ ਹੱਕ 'ਚ ਗਈ, ਇੱਕ ਸੀਟ ਆਜ਼ਾਦ ਉਮੀਦਵਾਰ ਦੇ ਹੱਕ 'ਚ ਗਈ ਅਤੇ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਗਈ। ਜੋਨ ਅਲਵਰਕ ਤੋਂ ਡਾਕਟਰ ਰਜਿੰਦਰ ਸਿੰਘ ਰਾਣਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤੇ। ਜੋਨ ਕਪਿਆਲ ਦੀ ਗੱਲ ਕਰੀਏ ਤਾਂ ਚਰਨਜੀਤ ਕੌਰ ਕਾਂਗਰਸ ਪਾਰਟੀ ਉਮੀਦਵਾਰ। ਫੱਗੂਵਾਲਾ ਤੋਂ ਗੱਲ ਕਰੀਏ ਤਾਂ ਹਰੀ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ। ਘਰਾਚੋ ਜੋਨ ਦੀ ਗੱਲ ਕਰੀਏ ਤਾਂ ਜਸਵਿੰਦਰ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ। ਨਾਗਰਾ ਦੀ ਗੱਲ ਕਰੀਏ ਤਾਂ ਰਾਜ ਕੌਰ ਆਜ਼ਾਦ ਉਮੀਦਵਾਰ ਅਤੇ ਜੋਨ ਮਾਝੀ ਦੀ ਗੱਲ ਕਰੀਏ ਤਾਂ ਹਰਿੰਦਰ ਕੌਰ ਕਾਂਗਰਸ ਪਾਰਟੀ ਉਮੀਦਵਾਰ। ਜੋਨ ਕਾਲਾਝਾੜ ਦੀ ਗੱਲ ਕਰੀਏ ਤਾਂ ਦਰਸ਼ਨ ਸਿੰਘ ਕਾਂਗਰਸ ਉਮੀਦਵਾਰ। ਜੇ ਜੋਨ ਬਰਿਆਲ ਦੀ ਗੱਲ ਕਰੀਏ ਤਾਂ ਦੀਪਕ ਰਾਣੀ ਕਾਂਗਰਸ ਉਮੀਦਵਾਰ ਜੇਤੂ ਰਹੇ। ਝਨੇੜੀ ਦੀ ਗੱਲ ਕਰੀਏ ਗੁਰਧਿਆਨ ਦਾਸ, ਇਹ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ। ਸੋ ਜੋਨ ਭੱਟੀਆਲ ਦੀ ਗੱਲ ਕਰੀਏ ਤਾਂ ਬਲਜੀਤ ਕੌਰ ਨੇ ਆਪਣੀ ਜਿੱਤ ਤੈਅ ਕੀਤੀ ਹੈ। ਮਦਨ ਸਿੰਘ ਮਹਿਸਮਪੁਰ ਤੋਂ, ਇਹ ਵੀ ਕਾਂਗਰਸ ਉਮੀਦਵਾਰ ਜਿੱਤੇ ਨੇ। ਸੋ ਕਾਕੜ ਤੋਂ ਹਰਪ੍ਰੀਤ ਕੌਰ ਕਾਂਗਰਸ ਦੇ ਉਮੀਦਵਾਰ ਨੇ, ਉਹਨਾਂ ਨੇ ਆਪਣੀ ਜਿੱਤ ਦਰਜ ਕਰ ਦਿੱਤੀ ਹੈ। ਜੋਨ ਸਕਰੌਦੀ ਦੀ ਗੱਲ ਕਰੀਏ ਤਾਂ ਵਰਿੰਦਰ ਪੰਨਵਾ ਜੋ ਬਲਾਕ ਪ੍ਰਧਾਨ ਨੇ ਕਾਂਗਰਸ ਦੇ, ਉਹਨਾਂ ਨੇ ਆਪਣੀ ਜਿੱਤ ਦਰਜ ਕਰ ਦਿੱਤੀ ਹੈ। ਸੋ ਅੱਜ ਦੇ ਨਤੀਜੇ ਨੇ ਜੋ ਉਹ ਕੁੱਲ ਮਿਲਾ ਕੇ ਦੇਖੀਏ ਤਾਂ ਕਾਂਗਰਸ ਪਾਰਟੀ ਨੇ ਆਪਣੀ ਵੱਡੀ ਬਹੁਮਤ ਦਰਜ ਕੀਤੀ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਦਾ ਬਲਾਕ ਸੰਮਤੀ ਚੇਅਰਮੈਨ ਅਤੇ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਕੌਣ ਬਣਦਾ। ਸੋ ਅਸੀਂ ਪਲ ਪਲ ਦੀ ਖਬਰ ਦਿੱਤੀ ਮਾਲਵਾ MPTV ਦੀ ਸਾਰੀ ਟੀਮ ਵੱਲੋਂ। ਅਸੀਂ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਮਾਲਵਾ MPTV ਦਾ ਸਾਥ ਦਿੱਤਾ। ਸੋ ਦੇਖਦੇ ਰਹੋ ਜੀ ਮਾਲਵਾ MPTV, ਸਾਰੇ ਦਰਸ਼ਕਾਂ ਨਾਲ ਬਹੁਤ ਬਹੁਤ ਧੰਨਵਾਦ। ਸਾਰੇ ਦੇ ਸਾਰੀਆਂ ਕਾਂਗਰਸ ਨੂੰ, ਉਹਦੇ ਵਿੱਚ ਇੱਕ ਦੇਖਿਆ ਸੀ ਵੀ ਇੱਕ ਸੀਟ ਅਕਾਲੀ ਦਲ ਨੂੰ ਮਿਲੀ ਹੈ, ਇੱਕ ਆਪ ਨੂੰ ਮਿਲੀ ਹੈ, ਬਾਕੀ ਸਾਰੀਆਂ ਜਿਹੜੀਆਂ ਸੀਟਾਂ ਕਾਂਗਰਸ ਨੂੰ ਮਿਲੀਆਂ ਨੇ। ਅਸੀਂ ਜਨਤਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਿੰਗਲਾ ਸਾਹਿਬ ਦੇ ਕੀਤੇ ਕੰਮਾਂ ਨੂੰ ਅੱਜ ਵੱਡੇ ਪੱਧਰ ਦੇ ਲੋਕਾਂ ਨੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਬਹੁਮਤ ਦਿੱਤਾ ਹੈ। ਬਹੁਤ ਵਧੀਆ ਕੀਤਾ ਹੋਇਆ ਜੀ, ਵਰਕਰਾਂ ਨੇ ਬੜਾ ਸਾਥ ਦਿੱਤਾ, ਬੜਾ ਉਤਸ਼ਾਹ ਨਾਲ ਸਿੰਗਲਾ ਸਾਹਿਬ ਦੀ ਰਹਿਣ ਵਾਲੀ ਹੈ, ਬਹੁਤ ਵੱਡੇ ਪੱਧਰ ਹਿੰਮਤ ਨਾਲ ਵੋਟਿੰਗ ਕੀਤੀ ਹੈ। ਔਰ ਅਸੀਂ ਇਹ ਗੱਲ ਪਹਿਲਾਂ ਹੀ ਕਹਿੰਦੇ ਆ ਰਹੇ ਤੇ, ਅਕਾਲੀ ਵੀ ਸਾਡਾ ਵਿਰੋਧ ਕਰਦੇ ਆ ਰਹੇ ਤੇ, ਅਸੀਂ ਕਹਿੰਦੇ ਸਾਡੇ ਵਰਕਰ ਬੜੇ ਉਤਸ਼ਾਹ ਨਾਲ ਔਰ ਬੜੇ ਹਿੰਮਤ ਨਾਲ ਇਲੈਕਸ਼ਨ ਲੜੀ ਹੈ। ਅਸੀਂ 232 ਤਕਰੀਬਨ 232 ਵੋਟਾਂ ਦਾ ਜਿੱਤ ਪ੍ਰਾਪਤ ਕੀਤੀ ਹੈ ਜੀ, ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਕਾਂਗਰਸ ਪਾਰਟੀ ਦਾ, ਜਿਨ੍ਹਾਂ ਨੇ ਸ਼੍ਰੀ ਵਿਜੇਂਦਰ ਸਿੰਗਲਾ ਜੀ ਨੇ ਮੈਨੂੰ ਟਿਕਟ ਨਵਾਜਿਆ ਸੀ ਅਤੇ ਉਹਨਾਂ ਦੀ ਜਿੱਤ ਕੇ ਉਹਨਾਂ ਦੀ ਝੋਲੀ ਵਿੱਚ ਪਾ ਰਿਹਾ, ਅਤੇ ਸਾਰੇ ਮੇਰੇ ਦੋਸਤਾਂ ਦਾ, ਵਰਕਰਾਂ ਦਾ, ਅਤੇ ਦਿਆਲਗੜ੍ਹ ਦੇ ਰਾਜ ਸਿੰਘ ਵਾਲੇ ਕਾਕੜਾਂ ਦਾ, ਸਾਰੇ ਵਰਕਰਾਂ ਦਾ, ਦੋਸਤਾਂ ਦਾ ਮੇਰੇ, ਜਿਨ੍ਹਾਂ 'ਤੇ ਮੇਰੇ ਪਾਰਟੀ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਮੇਰਾ ਜਿੱਤ ਦੇ ਵਿੱਚ ਸਾਥ ਦਿੱਤਾ ਅਤੇ ਜਿੱਤ ਕੇ ਅਸੀਂ ਝੋਲੀ ਸ਼੍ਰੀ ਵਿਜੇਂਦਰ ਸਿੰਗਲਾ ਜੀ ਦੇ ਪਾਵਾਂਗੇ।
ਵੋਟਾਂ ਨਹੀਂ ਮਤਲਬ ਤਾਂ ਜਿੱਤ ਕੇ ਨਹੀਂ ਪ੍ਰਾਪਤ ਕਰੀ 304 ਵੋਟਾਂ ਨਾਲ ਜਿੱਤ ਪ੍ਰਾਪਤ ਕਰੀ ਕਿਹੜੇ ਜੋਨ ਤੋਂ ਜੀ ਕਾਲਾ ਝਾੜ ਜੋਨ ਤੋਂ ਠੀਕ ਅੱਛਾ ਤੁਹਾਡੇ ਮੁਕਾਬਲੇ ਕੌਣ ਸੀਗੇ ਰਘਵੀਰ ਜੀ ਰਾਜਪੁਰਾ ਜੀ ਰਘਵੀਰ ਸਿੰਘ ਕਿਹੜੀ ਪਾਰਟੀ ਦੇ ਸੀ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਵੱਲੋਂ ਹਰਿੰਦਰ ਕੌਰ ਮਾਝੀ ਜੋਨ ਤੋਂ ਜੋ ਖੜੇ ਸੀ ਧਰਮ ਪਤਨੀ ਜੋ ਕਿ 311 ਵੋਟਾਂ ਦੀ ਲੀਡ ਨਾਲ ਜਿੱਤੇ ਨੇ ਜੋ ਕਿ ਵਿਰੋਧੀ ਧਿਰ ਦੇ ਅਕਾਲੀ ਦਲ ਦੇ ਗੁਰਮੀਤ ਕੌਰ ਬਾਲਦ ਕਲਾਂ ਦੇ ਖੜੇ ਸੀਗੇ ਵਿਰੋਧੀ ਧਿਰ ਤੋਂ 311 ਵੋਟਾਂ ਦੀ ਲੀਡ 'ਤੇ ਕਾਂਗਰਸ ਪਾਰਟੀ ਦੇ ਹਰਿੰਦਰ ਕੌਰ ਨੇ ਜਿੱਤ ਪ੍ਰਾਪਤ ਕੀਤੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਇੱਕ ਪਿੱਛੇ ਵਾਹ ਉੜੀ ਸੀ ਵੀ ਕਾਂਗਰਸੀਆਂ ਨੇ ਧੱਕਾ ਕੀਤਾ ਜੇ ਕੀਤਾ ਉਹ ਕੀਤਾ ਤਾਂ ਤੁਸੀਂ ਉਹਦੇ ਬਾਰੇ ਕੀ ਕਹੋਗੇ ਇਹ ਬਿਲਕੁਲ ਝੂਠ ਗੱਲਾਂ ਨੇ ਨਾ ਕਿਸੇ ਕਾਗਜ਼ ਨੇ ਕਾਗਜ਼ ਕੈਂਸਲ ਕਰਨ ਲਈ ਧੱਕਾ ਕੀਤਾ ਹੈ ਅਫਵਾਹਾਂ ਨੇ ਕੋਈ ਕਾਗਜ਼ਾਂ ਦੀ ਘਾਟ ਸੀਗੀ ਤਾਂ ਕਾਗਜ਼ ਕੈਂਸਲ ਹੋਏ ਨੇ ਹੁਣ ਜੋ ਅੰਦਰ ਗਿਣਤੀ ਚੱਲ ਰਹੀ ਹੈ ਉਹ ਸਭ ਦੇ ਸਾਹਮਣੇ ਹੈ ਬਕਾਇਦਾ ਉਹਦੀ ਵੀਡੀਓ ਬਣੀ ਹੋਈ ਹੈ ਕਾਂਗਰਸ ਪਾਰਟੀ ਵੱਲੋਂ ਐਂ ਕਰਕੇ ਦਿੱਤੇ ਸਰ ਵੋਟਾਂ ਦਾ ਧੰਨਵਾਦ ਮੈਸਮਪੁਰ ਜ਼ੋਨ ਤੋਂ ਸ੍ਰੀ ਵਿਜੇਂਦਰ ਸਿੰਗਲਾ ਜੀ ਦੇ ਕੋਈ ਟਿਕਟ ਸਾਨੂੰ ਦਿੱਤੀ ਸੀ ਅਤੇ ਤਕਰੀਬਨ ਸਾਨੂੰ 1324 ਵੋਟਾਂ ਕਾਂਗਰਸ ਨੂੰ ਪਈਆਂ ਨੇ ਅਤੇ ਤਕਰੀਬਨ 700 ਵੋਟ ਨਾਲ ਅਸੀਂ ਜਿੱਤੇ ਅਸੀਂ ਸਿੰਗਲਾ ਸਾਹਿਬ ਦਾ ਅਤੇ ਸਾਰੀ ਪਾਰਟੀ ਦਾ ਇਹਦੇ ਤੋਂ ਧੰਨਵਾਦੀ ਹਾਂ ਅਤੇ ਪ੍ਰਸ਼ਾਸਨ ਦੇ ਵੀ ਪਾ ਦੇ ਦੁਬਾਰ ਕੱਢ ਲਈ ਤੁਸੀਂ ਕਰੋ ਵੀਡੀਓ ਹਰ ਪਰ ਹੈ ਕਾਂਗਰਸ ਵਾਲਿਆਂ ਦੇ ਨੇ ਮੜਾ ਇੱਥੇ ਕਾਂਗਰਸ ਲਈ ਆਪਾਂ ਨੂੰ ਵੋਟਾਂ ਪਾਈਆਂ ਨੇ ਕਮਨੀ ਅਕਾਲੀ ਦਲ ਵੱਲੋਂ ਕਿੰਨੀਆਂ ਵੋਟਾਂ 'ਤੇ ਜਿੱਤ ਪ੍ਰਾਪਤ ਕਰੀ ਹੈ ਜੀ 120 ਅਤੇ ਕਿਹਨੂੰ ਹਰਾਇਆ ਜੀ ਮਲਖਾਨ ਸਿੰਘ ਮਲਖਾਨ ਸਿੰਘ ਨੂੰ ਥੈਂਕ ਯੂ ਜੀ